ਇੰਡੋਨੇਸ਼ੀਆ ਵਿੱਚ ਇੱਕ ਔਰਤ ਦੀ ਲਾਸ਼ ਅਜਗਰ ਦੇ ਢਿੱਡ ਵਿੱਚੋਂ ਮਿਲੀ। ਪੁਲਿਸ ਮੁਤਾਬਕ ਜਦੋਂ ਲਾਪਤਾ ਹੋਈ ਤਾਂ ਉਹ ਆਪਣੇ ਬੱਚੇ ਲਈ ਦਵਾਈ ਲੈਣ ਗਈ ਸੀ। ਉਸਦੇ ਪਤੀ ਨੂੰ ਉਸਦੀਆਂ ਚੱਪਲਾਂ ਤੇ ਕੱਪੜੇ ਘਰ ਦੇ ਨੇੜੇ ਮਿਲੇ। ਉਸਨੇ ਅਜਗਰ ਦੇਖਿਆ ਤਾਂ ਉਸਦਾ ਸਿਰ ਵੱਢ ਦਿੱਤਾ ਅਤੇ ਅਜਗਰ ਦਾ ਢਿੱਡ ਖੋਲਿਆ, ਜਿੱਥੇ ਉਸਨੂੰ ਆਪਣੀ ਪਤਨੀ ਦੀ ਲਾਸ਼ ਮਿਲੀ। ਅਜਗਰ ਘੱਟ ਹੀ ਇਨਸਾਨਾਂ ਨੂੰ ਖਾਂਦੇ ਨੇ, ਪਰ ਇਹ ਇੱਕ ਮਹੀਨੇ ਵਿੱਚ ਦੂਜਾ ਮਾਮਲਾ ਹੈ। ਅਜਗਰ ਦੇ ਖਾਏ ਜਾਣ ਨਾਲ ਸੂਬੇ ਵਿੱਚ ਇੱਕ ਹੋਰ ਔਰਤ ਦੀ ਮੌਤ ਵੀ ਹੋ ਗਈ ਸੀ।